ਸਤਿ ਸ਼੍ਰੀ ਅਕਾਲ, ਨਮਸਕਾਰ। ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ, ਮੈਂ ਵਿਸ਼ਾਖਾ ਸ਼ਰਮਾ। ਸਾਡੇ ਇਸ ਖਾਸ ਪ੍ਰੋਗਰਾਮ ਸੰਜੀਵਨੀ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਇਹ ਸ਼ੋਅ ਤੁਹਾਨੂੰ ਤੰਦਰੁਸਤ ਰੱਖਣ ਅਤੇ ਗੰਭੀਰ ਬਿਮਾਰੀਆਂ ਤੋਂ ਜਾਗਰੂਕ ਕਰਨ ਦੇ ਲਈ ਹੈ। ਸਿਹਤ ਸੰਬੰਧੀ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਦਿੰਦੇ ਹਾਂ ਤਾਂ ਕਿ ਤੁਸੀਂ ਬਿਮਾਰੀਆਂ ਤੋਂ ਬਚੇ ਰਹੋ। ਸੋ ਮੌਸਮ ਲਗਾਤਾਰ ਬਦਲਦਾ ਜਾ ਰਿਹਾ, ਜਿਸ ਨਾਲ ਪੇਟ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਬਦਲਦੇ ਮੌਸਮ ਦੇ ਨਾਲ ਗਲਤ ਖਾਣ ਪੀਣ ਦੇ ਕਾਰਨ ਪੇਟ ਇਨਫੈਕਸ਼ਨਸ ਹੋ ਰਹੀਆਂ ਨੇ ਅਤੇ ਸਭ ਤੋਂ ਵੱਧ ਮਾਮਲੇ ਸਟਮਕ ਫਲੂ ਦੇ ਸਾਹਮਣੇ ਆ ਰਹੇ ਨੇ, ਜਿਸ ਕਾਰਨ ਪੇਟ ਦਰਦ, ਦਸਤ, ਖਾਣਾ ਹਜ਼ਮ ਨਾ ਹੋਣਾ ਅਤੇ ਹੋਰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਅੱਜ ਅਸੀਂ ਇਸੇ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਡਾਕਟਰੀ ਸਲਾਹ ਲਵਾਂਗੇ, ਪਰ ਸਭ ਤੋਂ ਪਹਿਲਾਂ ਸਾਡੀ ਇੱਕ ਖਾਸ ਪੇਸ਼ਕਸ਼ ਦੇਖ ਲੈਂਦੇ ਹਾਂ। ਬਦਲਦੇ ਮੌਸਮ ਵਿੱਚ ਵਾਇਰਲ ਫਲੂ ਹੋ ਜਾਣਾ ਇੱਕ ਆਮ ਗੱਲ ਹੈ ਅਤੇ ਪੇਟ ਨਾਲ ਸੰਬੰਧਿਤ ਇਨਫੈਕਸ਼ਨਸ ਦੇ ਕਾਰਨ ਸਟਮਕ ਫਲੂ ਕਾਫੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਅਸਲ ਵਿੱਚ ਇਸ ਬਿਮਾਰੀ ਦਾ ਫੈਲਣਾ ਸਾਡੇ ਰੈਸਪੀਰੇਟਰੀ ਸਿਸਟਮ ਉੱਤੇ ਵਾਇਰਸ ਦੇ ਹਮਲੇ ਦੀ ਨਿਸ਼ਾਨੀ ਹੁੰਦੀ ਹੈ। ਇਹ ਵਾਇਰਸ ਸਾਡੀਆਂ ਆਂਤੜੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇਸ ਨੂੰ ਰੋਟਾ ਵਾਇਰਸ ਅਤੇ ਨੋਰਾ ਵਾਇਰਸ ਦਾ ਨਾਮ ਦਿੱਤਾ ਜਾਂਦਾ ਹੈ। ਇਹ ਵਾਇਰਸ ਸਾਡੀਆਂ ਆਂਤੜੀਆਂ ਵਿੱਚ ਚਲੇ ਜਾਂਦੇ ਨੇ, ਜਿਸ ਕਾਰਨ ਦਸਤ, ਉਲਟੀਆਂ, ਮਤਲੀ ਤੇ ਪੇਟ ਵਿੱਚ ਵਾਰ ਵਾਰ ਦਰਦ ਹੋਣ ਦੀ ਪਰੇਸ਼ਾਨੀ ਆਉਂਦੀ ਹੈ। ਇਸ ਨੂੰ ਪੇਟ ਦੀ ਬਿਮਾਰੀ ਜਾਂ ਸਟਮਕ ਫਲੂ ਵੀ ਕਹਿੰਦੇ ਨੇ। ਇਹ ਬਿਮਾਰੀ ਜ਼ਿਆਦਾਤਰ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ ਅਤੇ ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਉਹਨਾਂ ਨੂੰ ਇਹ ਬਿਮਾਰੀ ਹੋਣ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ। ਸਟਮਕ ਫਲੂ ਹੋਣ ਦੇ ਲੱਛਣ: ਪੇਟ ਦਰਦ ਅਤੇ ਪੇਟ ਖਰਾਬ ਹੋਣਾ, ਦਸਤ ਅਤੇ ਉਲਟੀਆਂ ਦੀ ਸਮੱਸਿਆ, ਆਂਤੜੀਆਂ ਵਿੱਚ ਸੋਜ ਆਉਣਾ, ਪਾਣੀ ਵਾਲੇ ਖੂਨੀ ਦਸਤ ਹੋਣਾ, ਕੜਵਲ ਅਤੇ ਮਤਲੀ ਹੋਣਾ, ਬੁਖਾਰ ਹੋਣਾ, ਕਮਜ਼ੋਰੀ, ਸਿਰਦਰਦ ਤੇ ਚੱਕਰ ਆਉਣੇ, ਜੀ ਮਤਲਾਉਣਾ। ਸਟਮਕ ਫਲੂ ਹੋਣ ਦੇ ਕਾਰਨ: ਖਰਾਬ ਭੋਜਨ ਖਾਣ ਨਾਲ ਪੇਟ ਦੀ ਇਨਫੈਕਸ਼ਨ ਹੋਣਾ, ਗੰਦਾ ਪਾਣੀ ਪੀਣ ਦੇ ਨਾਲ ਪੇਟ ਦੀ ਇਨਫੈਕਸ਼ਨ ਹੋਣਾ, ਸਟਰੀਟ ਫੂਡ ਅਤੇ ਸਫਾਈ ਦੀ ਘਾਟ ਕਾਰਨ। ਪੇਟ ਦੇ ਫਲੂ ਤੋਂ ਬਚਣ ਦੇ ਤਰੀਕੇ: ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ, ਇਲੈਕਟ੍ਰੋਲਾਈਟ ਡਰਿੰਕ ਜਾਂ ਅਦਰਕ ਵਾਲਾ ਡਰਿੰਕ ਜ਼ਰੂਰ ਪੀਓ, ਵਾਰ ਵਾਰ ਥੋੜਾ ਥੋੜਾ ਪਾਣੀ ਪੀਂਦੇ ਰਹੋ, ਦੁੱਧ, ਦਹੀਂ ਅਤੇ ਪਨੀਰ ਵਰਗੇ ਡੇਰੀ ਉਤਪਾਦਾਂ ਦੇ ਨਾਲ ਕੈਫੀਨ ਅਤੇ ਅਲਕੋਹਲ ਦੀ ਵਰਤੋਂ ਨਾ ਕਰੋ, ਕੇਲਾ, ਚਾਵਲ ਤੇ ਸੇਬ ਦੀ ਚਟਨੀ ਵਰਗੇ ਭੋਜਨ ਪਦਾਰਥ ਨਾ ਖਾਓ, ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਮੇਂ ਸਮੇਂ ਤੇ ਆਪਣੇ ਹੱਥ ਧੋਂਦੇ ਰਹੋ, ਬਾਹਰ ਦਾ ਖਾਣਾ ਨਾ ਖਾਓ। ਸਟਮਕ ਫਲੂ ਤੋਂ ਬਚਣ ਲਈ ਕੀ ਖਾਣਾ ਚਾਹੀਦਾ ਹੈ? ਪੇਟ ਵਿੱਚ ਇਨਫੈਕਸ਼ਨ ਹੋਣ ਤੇ ਦਹੀਂ ਦਾ ਸੇਵਨ ਕਰਨਾ ਫਾਇਦੇਮੰਦ ਹੈ। ਪੇਟ ਵਿੱਚ ਇਨਫੈਕਸ਼ਨ ਹੋਣ ਤੇ ਸੂਪ ਦਾ ਸੇਵਨ ਕਰੋ, ਸੂਪ ਵਿੱਚ ਸੌਂਫ, ਪੁਦੀਨਾ ਤੇ ਅਦਰਕ ਮਿਲਾ ਕੇ ਵੀ ਪੀ ਸਕਦੇ ਹੋ। ਪ੍ਰੋਟੀਨ ਨਾਲ ਭਰਪੂਰ ਖੁਰਾਕ ਖਾਓ, ਫਲ ਅਤੇ ਸਬਜ਼ੀਆਂ ਦਾ ਰੋਜ਼ਾਨਾ ਸੇਵਨ ਕਰੋ, ਇਨਫੈਕਸ਼ਨ ਹੋਣ ਤੇ ਕੇਲਾ, ਅੰਗੂਰ, ਸੰਤਰੇ ਦਾ ਸੇਵਨ ਕਰੋ, ਨਾਰੀਅਲ ਪਾਣੀ ਦਾ ਸੇਵਨ ਕਰੋ। ਪੇਟ ਇਨਫੈਕਸ਼ਨ ਦੇ ਵਿੱਚ ਕੀ ਨਹੀਂ ਖਾਣਾ: ਦੇਰੀ ਨਾਲ ਹਜ਼ਮ ਹੋਣ ਵਾਲਾ ਖਾਣਾ ਨਾ ਖਾਓ, ਜ਼ਿਆਦਾ ਫਾਈਬਰ ਵਾਲੇ ਫਲ ਅਤੇ ਸਬਜ਼ੀਆਂ ਦਾ ਸੇਵਨ ਨਾ ਕਰੋ, ਕੈਫੀਨ ਵਾਲੀਆਂ ਚੀਜ਼ਾਂ ਦਾ ਸੇਵਨ ਨਾ ਕਰੋ, ਕੋਲਡ ਡਰਿੰਕਸ, ਚਾਹ ਅਤੇ ਕੌਫੀ ਦਾ ਸੇਵਨ ਨਾ ਕਰੋ, ਬਾਹਰ ਦਾ ਖਾਣਾ ਅਤੇ ਸਟਰੀਟ ਫੂਡ ਨਾ ਖਾਓ। ਇਸ ਫਲੂ ਤੋਂ ਬਚਣ ਦੇ ਲਈ ਇਸ ਦੀ ਵੈਕਸੀਨ ਆਉਂਦੀ ਹੈ, ਛੋਟੇ ਬੱਚਿਆਂ ਨੂੰ ਇਹ ਵੈਕਸੀਨ ਲਗਵਾਈ ਜਾਣੀ ਚਾਹੀਦੀ ਹੈ।
ਸੋ ਸਤੰਬਰ ਦੇ ਮਹੀਨੇ ਵਿੱਚ ਮੌਨਸੂਨ ਐਕਟਿਵ ਹੋ ਗਿਆ ਹੈ, ਬਰਸਾਤਾਂ ਹੋ ਰਹੀਆਂ ਨੇ ਅਤੇ ਇਹ ਬਦਲਦਾ ਮੌਸਮ ਹੀ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਸਭ ਤੋਂ ਜ਼ਿਆਦਾ ਮਾਮਲੇ ਜਿਸ ਤਰ੍ਹਾਂ ਤੁਸੀਂ ਰਿਪੋਰਟ ਦੇ ਵਿੱਚ ਦੇਖਿਆ ਕਿ ਸਟਮਕ ਫਲੂ ਦੇ ਸਾਹਮਣੇ ਆ ਰਹੇ ਨੇ, ਕੀ ਲੱਛਣ ਨੇ, ਕੀ ਇਸਦੇ ਕਾਰਨ ਨੇ, ਇਹ ਸਭ ਤੁਸੀਂ ਰਿਪੋਰਟ ਦੇ ਵਿੱਚ ਦੇਖਿਆ। ਪਰ ਹੁਣ ਇਸਦੇ ਇਲਾਜ ਬਾਰੇ ਤੁਹਾਡੇ ਬਹੁਤ ਸਾਰੇ ਸਵਾਲ ਹੋਣਗੇ। ਇਸੇ ਨਾਲ ਸਾਡੇ ਨਾਲ ਜੋ ਖਾਸ ਡਾਕਟਰ ਜੁੜੇ ਨੇ, ਡਾਕਟਰ ਆਰ ਐੱਸ ਬੇਦੀ। ਸਭ ਤੋਂ ਪਹਿਲਾਂ ਤਾਂ ਡਾਕਟਰ ਆਰ ਐੱਸ ਬੇਦੀ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ। ਜੀ ਡਾਕਟਰ ਬੇਦੀ, ਬਦਲਦੇ ਮੌਸਮ ਦੇ ਕਾਰਨ ਪੇਟ ਇਨਫੈਕਸ਼ਨਸ ਬਹੁਤ ਜ਼ਿਆਦਾ ਹੋ ਰਹੀਆਂ ਨੇ, ਜ਼ਿਆਦਾਤਰ ਸਟਮਕ ਫਲੂ ਦੇ ਮਾਮਲੇ ਸਾਹਮਣੇ ਆ ਰਹੇ ਨੇ, ਪਰ ਤੁਹਾਡੇ ਤੋਂ ਅਸੀਂ ਇਹ ਜਾਣਨਾ ਚਾਹਾਂਗੇ ਇਸਦੀ ਡਿਟੇਲ ਕੀ ਹੈ, ਅਸਲ ਦੇ ਵਿੱਚ ਸਟਮਕ ਫਲੂ ਹੋਣ ਦੇ ਕੀ ਕਾਰਨ ਨੇ, ਇਹ ਕੀ ਹੈ? ਦੇਖੋ, ਜਿਵੇਂ ਤੁਸੀਂ ਦੱਸਿਆ ਹੈ ਕਿ ਇਸ ਮੌਸਮ ਵਿੱਚ ਸਟਮਕ ਫਲੂ ਜਿਹੜਾ ਅਸੀਂ ਆਮ ਤੌਰ 'ਤੇ ਆਮ ਭਾਸ਼ਾ ਵਿੱਚ ਇਹਨੂੰ ਸਟਮਕ ਫਲੂ ਕਹਿੰਦੇ ਹਾਂ, ਇਹ 80% ਜਿਹੜੇ ਹੈਗੇ ਨੇ ਇਹ ਵਾਇਰਸ ਹੁੰਦੇ ਨੇ ਜਿਹਨਾਂ ਕਰਕੇ ਇਹ ਹੁੰਦਾ, ਔਰ 20% ਕੇਸਿਸ ਵਿੱਚ ਇਹ ਬੈਕਟੀਰੀਆ ਕਰਕੇ ਹੁੰਦਾ। ਵਾਇਰਸਿਸ ਵਿੱਚ ਵੀ ਰੋਟਾ ਵਾਇਰਸ ਜਿਹੜਾ ਹੈ ਉਹਦਾ ਬਹੁਤ ਜ਼ਿਆਦਾ ਕਾਮਨ ਹੈਗਾ, ਰੋਟਾ ਵਾਇਰਸ ਕਰਕੇ ਜਿਹੜਾ ਇਨਫੈਕਸ਼ਨ ਹੋਣਾ। ਉਸ ਤੋਂ ਇਲਾਵਾ ਨੋਰਾ ਵਾਇਰਸ ਵੀ ਇਨਫੈਕਸ਼ਨ ਇਹੋ ਜਿਹੀ ਕਰਦਾ ਹੈ। ਸੋ ਜਿਵੇਂ ਤੁਸੀਂ ਕਿਹਾ ਵੀ ਹੈ ਕਿ ਰੋਟਾ ਵਾਇਰਸ ਦੇ ਖਿਲਾਫ ਤਾਂ ਸਰਕਾਰਾਂ ਨੇ ਹੁਣ ਵੈਕਸੀਨੇਸ਼ਨ ਵੀ ਸ਼ੁਰੂ ਕਰ ਦਿੱਤੀ ਹੈ, ਔਰ ਖਾਸ ਕਰਕੇ 6 ਮਹੀਨੇ ਤੋਂ ਘੱਟ ਬੱਚੇ ਜਿਹੜੇ ਹੈਗੇ ਨੇ ਉਹਨਾਂ ਵਿੱਚ ਇਹ ਲੱਗਣੀ ਚਾਹੀਦੀ ਹੈ। 3 ਡੋਜ਼ ਹੁੰਦੀ ਹੈ, ਮਹੀਨੇ ਦੇ ਅੰਤਰਾਲ 'ਤੇ ਇਹ ਲੱਗਦੀਆਂ ਨੇ। ਸੋ ਇਹ ਮੈਂ ਦਰਖਾਸਤ ਕਰਾਂਗਾ ਕਿ ਸਾਰੇ ਬੱਚੇ ਜਿਹੜੇ ਹੈਗੇ ਨੇ 1.5 ਮਹੀਨੇ ਤੋਂ ਲੈ ਕੇ 1.5 ਮਹੀਨੇ 'ਤੇ, 2.5 ਮਹੀਨੇ 'ਤੇ ਅਤੇ 3.5 ਮਹੀਨੇ 'ਤੇ ਇਹ ਵੈਕਸੀਨ ਲਗਾਉਣ, ਤਾਂ ਕਿ ਇਹ ਜਿਹੜੇ ਰੋਟਾ ਵਾਇਰਸ ਖਾਸ ਕਰਕੇ ਜਿਹੜਾ ਸਭ ਤੋਂ ਕਾਮਨੈਸਟ ਹੈ ਕੌਜ਼ ਜਿਹੜਾ ਸਟਮਕ ਫਲੂ ਦਾ ਜਾਂ ਵਾਇਰਲ ਡਾਇਰੀਆ ਦਾ, ਉਹਨੂੰ ਇਹਦੇ ਤੋਂ ਬਚਾਅ ਹੋ ਸਕੇ। ਜੀ ਡਾਕਟਰ ਬੇਦੀ, ਇਹ ਵੀ ਸਾਨੂੰ ਜ਼ਰੂਰ ਦੱਸੋ ਕਿ ਸਟਮਕ ਫਲੂ ਦੇ ਮਾਮਲੇ ਜਿਹੜੇ ਲਗਾਤਾਰ ਵੱਧਦੇ ਜਾ ਰਹੇ ਨੇ, ਹਾਲਾਂਕਿ ਬੱਚਿਆਂ ਤੋਂ ਲੈ ਕੇ ਵੱਡਿਆਂ ਦੇ ਵਿੱਚ ਵੀ ਸਟਮਕ ਫਲੂ ਦੇ ਕਾਫ਼ੀ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲ ਰਹੇ ਨੇ, ਇਸਦੇ ਸਭ ਤੋਂ ਪਹਿਲਾਂ ਤਾਂ ਲੱਛਣ ਕੀ ਨਜ਼ਰ ਆਉਂਦੇ ਨੇ? ਕਿਉਂਕਿ ਆਮ ਘਰਾਂ ਦੇ ਵਿੱਚ ਪੇਟ ਦਰਦ ਹੋਣ 'ਤੇ ਉਸਨੂੰ ਅਣਗੌਲਿਆ ਕਰ ਦਿੱਤਾ ਜਾਂਦਾ, ਪਰ ਸਟਮਕ ਫਲੂ ਦਾ ਸਹੀ ਸਮੇਂ 'ਤੇ ਇਲਾਜ ਹੋਣਾ ਵੀ ਜ਼ਰੂਰੀ ਹੈ। ਲੱਛਣ ਕਿਹੜੇ ਇਸਦੇ ਸਭ ਤੋਂ ਪਹਿਲਾਂ ਨਜ਼ਰ ਆਉਂਦੇ ਨੇ? ਬਿਲਕੁਲ ਤੁਸੀਂ ਠੀਕ ਕਿਹਾ ਕਿ ਇਹ ਸਮੇਂ 'ਤੇ ਇਲਾਜ ਹੋਣਾ ਬਹੁਤ ਜ਼ਰੂਰੀ ਹੈ। ਇਹਦੇ ਜਿਹੜੇ ਮੇਨ ਲੱਛਣ ਹੈਗੇ ਨੇ ਉਹਦੇ 'ਚ ਦਸਤ ਹੋਣੇ, ਪਤਲੇ ਦਸਤ ਜਿਹੜੇ ਹੈਗੇ ਨੇ, ਵਾਰ ਵਾਰ ਬੱਚਾ ਜਾਂ ਬਜ਼ੁਰਗ ਖਾਸ ਕਰਕੇ ਜਿਨ੍ਹਾਂ 'ਚ ਇਹ ਜ਼ਿਆਦਾ ਕਾਮਨ ਹੈ ਉਹਨਾਂ ਵਿੱਚ ਇਹ ਪਾਇਆ ਜਾਂਦਾ ਹੈ। ਉਲਟੀਆਂ ਹੈਗੀਆਂ, ਔਰ ਇਸ ਤੋਂ ਇਲਾਵਾ ਅਸੀਂ ਭੁੱਖ ਨਹੀਂ ਲੱਗਦੀ ਹੈ, ਖਾਣ ਪੀਣ ਨੂੰ ਦਿਲ ਨਹੀਂ ਕਰਦਾ, ਇਰੀਟੇਸ਼ਨ ਹੁੰਦੀ ਹੈ, ਔਰ ਇਹਦੇ ਵਿੱਚ ਜਿਹੜੀ ਡੀਹਾਈਡਰੇਸ਼ਨ ਦੇ ਸਾਈਨ ਜਿਹੜੇ ਹੈਗੇ ਨੇ ਇਹ ਨੋਟ ਕਰਨੇ ਬਹੁਤ ਹੀ ਜ਼ਰੂਰੀ ਨੇ। ਇਹਦੇ ਵਿੱਚ ਇੱਕ ਤਾਂ ਪਿਆਸ ਲੱਗਣੀ ਵੱਧ ਜਾਂਦੀ ਹੈ, ਮਗਰ ਬੱਚਾ ਜਿਹੜਾ ਜਾਂ ਬਜ਼ੁਰਗ ਹੈਗਾ ਉਹ ਬਹੁਤਾ ਪਾਣੀ ਨਹੀਂ ਪੀ ਸਕਦਾ ਕਿਉਂਕਿ ਉਹਦੇ ਪੇਟ 'ਚ ਵਿੱਚ ਇਨਫੈਕਸ਼ਨ ਹੈਗੀ ਹੈ। ਇਸ ਤੋਂ ਇਲਾਵਾ ਪਿਸ਼ਾਬ ਉਹ ਘੱਟ ਜਾਂਦਾ, ਪਿਸ਼ਾਬ ਗਾੜਾ ਪੀਲਾ ਆਉਣਾ ਸ਼ੁਰੂ ਹੋ ਜਾਂਦਾ, ਸਕਿਨ ਜਿਹੜੀ ਹੈਗੀ ਹੈ ਉਹ ਸੁੱਕਣੀ ਸ਼ੁਰੂ ਹੋ ਜਾਂਦੀ ਹੈ, ਡਰਾਈ ਸਕਿਨ ਹੋ ਜਾਂਦੀ ਹੈ, ਔਰ ਸਕਿਨ ਦੀ ਇਲਾਸਟੀਸਿਟੀ ਉਹਦੇ 'ਚ ਵੀ ਫਰਕ ਪੈ ਜਾਂਦਾ। ਸੋ ਉਸ ਤੋਂ ਬਾਅਦ ਜਿਹੜਾ ਬੱਚੇ ਖਾਸ ਕਰਕੇ ਔਰ ਬਜ਼ੁਰਗ ਵੀ ਹੈਗੇ ਨੇ ਉਹਨਾਂ ਦੀ ਜਿਹੜੀ ਮਾਨਸਿਕ ਸੰਤੁਲਤਾ ਹੈ ਉਹ ਵੀ ਹੋ ਜਾਂਦੀ ਹੈ, ਉਹ ਥੋੜ੍ਹਾ ਜਿਹਾ ਨਿਡਾਲ ਹੋ ਜਾਂਦੇ ਨੇ ਔਰ ਜ਼ਿਆਦਾ ਸੋਣਾ ਸ਼ੁਰੂ ਕਰ ਦਿੰਦੇ ਨੇ, ਇਰੀਟੇਬਿਲਿਟੀ ਵੀ ਵੱਧ ਜਾਂਦੀ ਹੈ। ਸੋ ਇਹ ਲੱਛਣ ਜਿਹੜੇ ਹੈਗੇ ਨੇ ਇਹਨਾਂ ਉੱਤੇ ਬੜਾ ਧਿਆਨ ਰੱਖਣਾ, ਕਿਉਂਕਿ ਇਹ ਡੀਹਾਈਡਰੇਸ਼ਨ ਜਿਹੜਾ ਹੈਗਾ ਉਹੀ ਅਗਰ ਅਸੀਂ ਉਸਨੂੰ ਉਹਦਾ ਬਚਾਅ ਕਰ ਸਕੀਏ ਟਾਈਮ ਰਹਿੰਦੇ, ਅਤੇ ਸਾਡੇ ਇਹ ਜਿਹੜਾ ਹੈਗਾ ਇਹ ਟਾਈਮ ਲਿਮਿਟਿੰਗ ਹੁੰਦਾ, 5 ਤੋਂ 7 ਦਿਨ ਇਹ ਜਿਹੜਾ ਰਹਿੰਦਾ ਡਾਇਰੀਆ, ਅਗਰ ਉਸ ਦੌਰਾਨ ਅਸੀਂ ਸਿਰਫ ਇੱਕ ਚੀਜ਼ ਦਾ ਜਿਹੜੇ ਤਰਲ ਪਦਾਰਥ ਔਰ
ਸਾਲਟ ਜਿਹੜੇ ਹੈਗੇ ਨੇ, ਜਿਹੜੇ ਨਮਕ ਹੈਗਾ, ਪੋਟਾਸ਼ੀਅਮ ਹੈਗਾ, ਚੀਨੀ ਹੈਗੀ ਹੈ, ਇਹਨਾਂ ਦਾ ਸੇਵਨ ਅਸੀਂ ਕਰਦੇ ਰਹੀਏ, ਡੀਹਾਈਡਰੇਸ਼ਨ ਤੋਂ ਅਸੀਂ ਬਚ ਜਾਈਏ ਤੇ ਹੋਰ ਕੋਈ ਦਵਾਈਆਂ ਦੀ ਬਹੁਤ ਲੰਬੀ ਚੌੜੀ ਲੋੜ ਵੀ ਨਹੀਂ ਪੈਂਦੀ। ਜੀ ਡਾਕਟਰ ਬੇਦੀ, ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਉਹਨਾਂ ਦਾ ਸਵਾਲ ਜਾਣ ਲੈਂਦੇ ਆ। ਕੀ ਨਾਮ ਹੈ ਤੁਹਾਡਾ, ਕਿੱਥੋਂ ਤੁਸੀਂ ਗੱਲ ਕਰ ਰਹੇ ਹੋ? ਹੈਲੋ ਮੈਮ। ਹਾਂਜੀ ਹਾਂਜੀ, ਅਸੀਂ ਸਰਹਿੰਦ ਲਾਲਪੁਰ ਤੋਂ ਬੋਲਦੇ ਹਾਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਮ ਇਹੀ ਪੁੱਛਣਾ ਸੀਗਾ ਕਿ ਕਾਫੀ ਦਿਨਾਂ ਤੋਂ ਉਲਟੀਆਂ ਵਗੈਰਾ ਜਿਵੇਂ ਤੁਸੀਂ ਦੱਸ ਰਹੇ ਹੋ, ਅੱਜ ਸੁਣ ਰਹੇ ਸੀਗੇ ਡਾਕਟਰ ਸਾਹਿਬ ਕਹਿ ਰਹੇ ਸੀ, ਤੇ ਉਹਦੇ ਬਾਰੇ ਜਾਣਕਾਰੀ ਚਾਹੀਦੀ ਸੀ ਸਰ, ਵੀ ਇਹ ਕਿੰਨੀ ਮਤਲਬ ਛੋਟੀ ਏਜ ਦੇ ਬੱਚਿਆਂ ਚ ਕਿ ਵੱਡਿਆਂ ਦੇ ਵਿੱਚ ਵੀ ਪਾਇਆ ਜਾਂਦਾ ਜੀ? ਇਹ ਸਾਰੇ ਏਜਸ ਵਿੱਚ ਪਾਇਆ ਜਾਂਦਾ ਹੈ, ਖਾਸ ਕਰਕੇ ਛੋਟੇ ਬੱਚੇ 1 ਸਾਲ ਜਾਂ 2 ਸਾਲ ਦੇ ਘੱਟ ਬੱਚੇ ਉਹਨਾਂ ਵਿੱਚ ਬਹੁਤ ਜ਼ਿਆਦਾ ਇਹ ਪਾਇਆ ਜਾਂਦਾ ਹੈ। ਉਸ ਤੋਂ ਇਲਾਵਾ ਜਿਹੜੇ ਬਜ਼ੁਰਗ ਨੇ ਉਹਨਾਂ ਵਿੱਚ ਵੀ ਬਹੁਤ ਜ਼ਿਆਦਾ ਪਾਇਆ ਜਾਂਦਾ, ਉਹ ਵੀ ਲੋਕ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਉਹਨਾਂ ਵਿੱਚ ਵੀ ਇਹ ਲੱਛਣ ਇਹਦੇ ਵਿੱਚ ਵਾਇਰਸ ਜਿਹੜੇ ਇਹਦੇ ਡਾਇਰੀਆ ਦੇ ਉਹ ਪਾਏ ਜਾਂਦੇ ਨੇ। ਤਾਂ ਬਿਲਕੁਲ ਡਾਕਟਰ ਬੇਦੀ, ਜਿਸ ਤਰੀਕੇ ਦੇ ਨਾਲ ਸਾਡੇ ਕਾਲਰ ਦਾ ਵੀ ਸਵਾਲ ਸੀਗਾ ਕਿ ਇਹ ਜਿਹੜਾ ਉਲਟੀਆਂ ਉਹਨਾਂ ਦੀ ਸਮੱਸਿਆ, ਪੇਟ ਦੇ ਵਿੱਚ ਦਰਦ ਹੋਣਾ ਆਮ ਲੋਕਾਂ ਦੇ ਵਿੱਚ, ਜੇਕਰ ਅਸੀਂ ਕਹੀਏ ਕਿ ਸਟਮਕ ਫਲੂ ਦੇ ਬਾਰੇ ਜਾਣਕਾਰੀ ਵੀ ਨਹੀਂ ਹੈ, ਮਾਮੂਲੀ ਤੌਰ 'ਤੇ ਅਸੀਂ ਕਹਿ ਦਿੰਦੇ ਹਾਂ ਕਿ ਪੇਟ ਵਿੱਚ ਦਰਦ ਹੈ, ਕੋਈ ਪੇਨ ਕਿਲਰ ਲੈ ਲਓ ਜਾਂ ਫਿਰ ਖਾਣ ਪੀਣ ਦੇ ਅਹਿਤਿਆਤ ਵਰਤ ਲਏ ਜਾਂਦੇ ਨੇ, ਲੇਕਿਨ ਸਭ ਤੋਂ ਪਹਿਲਾਂ ਜੇਕਰ ਛੋਟੇ ਬੱਚਿਆਂ ਜਾਂ ਫਿਰ ਬਜ਼ੁਰਗਾਂ ਦੇ ਵਿੱਚ ਲੱਛਣ ਨਜ਼ਰ ਆਉਂਦੇ ਨੇ, ਉਹਨਾਂ ਨੂੰ ਕਰਨਾ ਕੀ ਚਾਹੀਦਾ, ਇਸ ਬਾਰੇ ਜਾਣਕਾਰੀ ਦਿਓ। ਪਹਿਲਾਂ ਤਾਂ ਇਹ ਹੈ ਕਿ ਬਹੁਤ ਜ਼ਿਆਦਾ ਐਂਟੀਬਾਇਓਟਿਕ ਲੈਣ ਦੀ ਲੋੜ ਨਹੀਂ ਹੈ, ਦਵਾਈਆਂ ਨਾਲ ਬਹੁਤ ਜ਼ਿਆਦਾ ਇਲਾਜ ਕਰਨ ਦੀ ਲੋੜ ਨਹੀਂ ਹੈ। ਅਸੀਂ ਸਿਰਫ ਇੱਕ ਤਾਂ ਥੋੜ੍ਹੇ ਥੋੜ੍ਹੇ ਟਾਈਮ ਦੇ ਬਾਅਦ ਥੋੜ੍ਹਾ ਥੋੜ੍ਹਾ ਪਾਣੀ ਪੀਣ, ਪਲੇਨ ਜਿਹੜਾ ਹੈਗਾ ਵਾਟਰ ਉਹ ਵੀ ਲੈ ਸਕਦੇ ਨੇ, ਨਾਰੀਅਲ ਪਾਣੀ ਲੈ ਸਕਦੇ ਨੇ, ਸ਼ਿਕੰਜਵੀ ਲੈ ਸਕਦੇ ਨੇ। ਸ਼ਿਕੰਜਵੀ ਵਿੱਚ ਨਮਕ, ਨਿੰਬੂ ਅਤੇ ਚੀਨੀ ਤਿੰਨੋਂ ਦਾ ਘੋਲ ਮਿਲਾ ਕੇ ਪੀਣਾ। ਇਸ ਤੋਂ ਇਲਾਵਾ ਲੱਸੀ, ਦਹੀਂ, ਕੇਲਾ ਜਿਹਦੇ ਵਿੱਚ ਪੋਟਾਸ਼ੀਅਮ ਹੈਗਾ, ਔਰ ਜਿਹੜੀ ਹੈ ਖਿਚੜੀ ਹੈਗੀ ਹੈ, ਖਾਸ ਕਰਕੇ ਚਾਵਲ ਦੀ ਬਣੀ ਹੋਈ ਖਿਚੜੀ, ਉਹਦਾ ਸੇਵਨ ਕਰਨ। ਸੋ ਇਹੋ ਜਿਹੀ ਚੀਜ਼ਾਂ ਜਿਹੜੀਆਂ ਤੁਸੀਂ ਰਿਪੋਰਟ ਵਿੱਚ ਵੀ ਦੱਸੀਆਂ ਕਿ ਜਿਹੜੀ ਚੀਜ਼ਾਂ ਈਜ਼ੀਲੀ ਡਾਈਜੈਸਟੇਬਲ ਨੇ, ਜਿਨ੍ਹਾਂ ਦਾ ਜੋ ਬਹੁਤ ਜ਼ਿਆਦਾ ਭਾਰੀ ਨਹੀਂ ਹੈਗੀਆਂ, ਉਹੋ ਜਿਹਾ ਖਾਣਾ ਦਿਓ। ਔਰ ਦੂਸਰੀ ਗੱਲ ਇਹ ਹੈ ਕਿ ਖਾਣੇ ਨੂੰ ਇੱਕ ਟਾਈਮ 'ਤੇ ਬਹੁਤ ਜ਼ਿਆਦਾ ਨਾ ਖਾਣ, ਥੋੜ੍ਹਾ ਥੋੜ੍ਹਾ ਕਰਕੇ 2-2 ਘੰਟੇ, 3-3 ਘੰਟੇ ਬਾਅਦ ਥੋੜ੍ਹਾ ਥੋੜ੍ਹਾ ਖਾਣਾ ਖਾਣ। ਔਰ ਪਾਣੀ ਵੀ ਜਿਹੜਾ ਪੀਣਾ ਹੈ ਉਹ ਬੇਸ਼ੱਕ ਅੱਧਾ ਗਲਾਸ ਪੀਣ, ਅੱਧੇ ਗਲਾਸ ਤੋਂ ਘੱਟ ਪੀਣ, ਅੱਧੇ ਘੰਟੇ ਘੰਟੇ ਬਾਅਦ ਫੇਰ ਪੀ ਲੈਣ। ਔਰ ਉਹ ਇਹਦੇ ਉੱਤੇ ਮੋਨੀਟਰ ਕਰਨਾ ਹੈ ਕਿ ਪਿਸ਼ਾਬ ਜਿਹੜਾ ਹੈਗਾ ਉਹ ਘਟਿਆ ਤਾਂ ਨਹੀਂ ਹੈ, ਔਰ ਪਿਸ਼ਾਬ ਜਿਹੜਾ ਹੈ ਗਾੜੇ ਪੀਲੇ ਰੰਗ ਦਾ ਤਾਂ ਨਹੀਂ ਸ਼ੁਰੂ ਹੋ ਗਿਆ। ਉਹਦੇ ਤੋਂ ਪਤਾ ਚੱਲੇਗਾ ਜੇ ਤੁਹਾਡਾ ਡੀਹਾਈਡਰੇਸ਼ਨ ਜਿਹੜੀ ਸਟੇਟ ਹੈ ਉਹ ਅਗਰ ਇੰਪਰੂਵ ਹੁੰਦੀ ਪਈ ਹੈ ਤਾਂ ਪਿਸ਼ਾਬ ਜ਼ਿਆਦਾ ਆਉਣਾ ਸ਼ੁਰੂ ਹੋ ਜਾਏਗਾ, ਔਰ ਪਿਸ਼ਾਬ ਜਿਹੜਾ ਹੈ ਉਹ ਪੀਲਾਪਨ ਉਹਦਾ ਉਹ ਵੀ ਘਟਣਾ ਸ਼ੁਰੂ ਹੋ ਜਾਏਗਾ। ਜੀ ਸੋ ਅਗਲੇ ਕਾਲਰ ਦਾ ਵੀ ਇੱਕ ਵਾਰ ਸਵਾਲ ਜਾਣ ਲੈਂਦੇ ਹਾਂ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ ਮੈਂ ਪੁੱਤ ਨਥੋੜੀ ਤੋਂ ਬੋਲਦਾ, ਲਾਭ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੁੱਤਰਾ, ਮੈਂ ਡਾਕਟਰ ਸਾਹਿਬ ਤੋਂ ਇਹ ਲੈਣੀ ਚਾਹੁੰਦਾ, ਅਸੀਂ ਪਰਸੋਂ ਭਿੰਡੀਆਂ ਬਣਾ ਲਈਆਂ, 2 ਦਿਨ ਭਿੰਡੀਆਂ ਖਾਂਦੇ ਰਹੇ ਤੇਲ ਚ ਤਲ ਕੇ। ਵੈਸੇ ਤਾਂ ਇੱਕ ਦਿਨ ਡਾਕਟਰ ਨੇ ਰਾਇ ਦਿੱਤੀ ਸੰਜੀਵਨੀ ਸੀ ਬਈ ਬਜ਼ੁਰਗਾਂ ਵਾਸਤੇ ਚੀਜ਼ਾਂ ਮਾੜੀਆਂ ਨੇ, ਫਿਰ ਵੀ ਭਰਿੰਡੀਆਂ ਖਾ ਲਈਆਂ ਤੇ ਮੈਂ ਅੱਜ ਮੇਰੇ ਕੋਲ ਪੂਰੀ ਵੀ ਖਾਇਆ ਇੱਕ ਜਾ ਕੇ, ਤੇ ਦੁੱਧ ਪੀਣਾ ਮੈਨੂੰ ਨਾਲ ਤਾਂ ਖੰਘ ਹੋਈ, ਨਾਲੇ ਗਲਾ ਦੁਖੀ ਜਾਂਦਾ, ਨਾਲੇ ਦਰਦ ਹੋਈ ਜਾਂਦਾ ਪੇਟ ਦੇ ਵਿੱਚ। ਡਾਕਟਰ ਸਾਹਿਬ ਦੁੱਧ ਮੈਂ 1 ਲੀਟਰ ਪੀਂਦਾ ਰੋਜ਼ਾਨਾ, ਘਰ ਦਾ ਦੁੱਧ ਆ, ਸਾਡੇ ਮੱਝਾਂ ਮੁੱਝਾਂ ਰੱਖੀਆਂ ਹੋਈਆਂ ਨੇ, ਬਈ ਐਂ ਦੱਸੋ ਬਈ ਦੁੱਧ ਮੈਨੂੰ ਠੀਕ ਆ ਪੀਣਾ ਜਾਂ ਦਹੀਂ ਖਾਣਾ, ਵੀ ਮੇਰੇ ਗਲਾ ਵੀ ਮੇਰਾ ਬੈਠ ਗਿਆ ਕੁਛ ਮਾੜਾ ਜਿਹਾ, ਵੀ ਇਹ ਕਿਵੇਂ ਠੀਕ ਹੋਊਗਾ? ਇੰਨੀ ਰਾਏ ਦੇ ਦਿਓ ਜੀ ਮੈਨੂੰ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ।
ਇਹ ਤੁਹਾਡਾ ਬਹੁਤ ਹੀ ਅੱਛਾ ਸਵਾਲ ਹੈ। ਦੇਖੋ ਇਹ ਜਦੋਂ ਵੀ ਇਹ ਤੁਹਾਡਾ ਜਿਹੜਾ ਹੈਗਾ ਇਹ ਸਿਰਫ ਸਟਮਕ ਫਲੂ ਨਹੀਂ, ਇਹ ਵਾਇਰਲ ਫਲੂ ਹੈਗਾ, ਇਹਦੇ ਵਿੱਚ ਤੁਹਾਡਾ ਗਲਾ ਵੀ ਖਰਾਬ ਹੋ ਗਿਆ, ਹੋ ਸਕਦਾ ਕਿ ਤੁਹਾਨੂੰ ਥੋੜ੍ਹਾ ਬਹੁਤਾ ਬੁਖਾਰ ਵੀ ਆਉਂਦਾ ਹੋਵੇ ਜਾਂ ਅੱਗੇ ਜਾ ਕੇ ਆਏ। ਸੋ ਇਹਦੇ ਵਿੱਚ ਇੱਕ ਤਾਂ ਇਹ ਹੈ ਕਿ ਤੁਸੀਂ ਥੋੜ੍ਹੇ ਗਰਾਰੇ ਕਰ ਸਕਦੇ ਹੋ, ਸ਼ਾਇਦ ਥੋੜ੍ਹਾ ਬਹੁਤਾ ਲੈ ਸਕਦੇ ਹੋ। ਦੁੱਧ ਦਾ ਸੇਵਨ ਮੈਂ ਕਹੂੰਗਾ ਘੱਟ ਤੋਂ ਘੱਟ ਕਰੋ, ਚਾਹ ਕੌਫੀ ਜਿਹੜੀ ਹੈ ਉਹ ਵੀ ਘੱਟ ਹੋਣੀ ਚਾਹੀਦੀ ਹੈ। ਇਸ ਦੌਰਾਨ ਲੱਸੀ, ਦਹੀਂ ਅਤੇ ਸੂਪ, ਇਹ ਕਲੀਅਰ ਸੂਪ ਜਿਹੜੇ ਹੈਗੇ ਨੇ, ਉਹ ਸਬਜ਼ੀਆਂ ਦਾ ਸੂਪ, ਇਹ ਚੀਜ਼ਾਂ ਦਾ ਸੇਵਨ ਜ਼ਿਆਦਾ ਕਰੋ। ਦੁੱਧ ਥੋੜ੍ਹੇ ਦਿਨ ਤੱਕ ਉਹਦਾ ਪਰਹੇਜ਼ ਕਰ ਲਓ, ਉਸ ਤੋਂ ਬਾਅਦ ਜਦੋਂ ਠੀਕ ਹੋ ਜਾਓਗੇ ਫਿਰ ਦੁਬਾਰਾ ਫਿਰ ਤੁਸੀਂ ਉਹਨੂੰ ਪੀ ਸਕਦੇ ਹੋ। ਜੀ ਡਾਕਟਰ ਬੇਦੀ, ਜਿਸ ਤਰੀਕੇ ਸਾਡੇ ਕਾਲਰ ਲਾਭ ਸਿੰਘ ਜੀ ਉਹਨਾਂ ਨੇ ਕਿਹਾ ਕਿ ਖਾਣ ਪੀਣ ਦੇ ਮਾਮਲੇ ਵਿੱਚ ਜਿਹੜਾ ਉਹਨਾਂ ਨੇ ਅਣਗਹਿਲੀ ਜ਼ਰੂਰ ਵਰਤੀ ਕਿ 2 ਦਿਨ ਜਿਹੜਾ ਉਹ ਪਿੰਡੀ ਉਹਨਾਂ ਨੇ ਖਾਈ ਹੈ ਅਤੇ ਦੁੱਧ ਦਾ ਸੇਵਨ ਕੀਤਾ। ਬਹੁਤ ਸਾਰੇ ਜਿਹੜੇ ਸਾਡੇ ਕਾਲਰਸ ਨੇ, ਚਾਹੇ ਉਹ ਬਜ਼ੁਰਗ ਹੋਣ ਜਾਂ ਨੌਜਵਾਨ ਹੋਣ, ਅੱਜ ਦਾ ਬਿਜ਼ੀ ਰੂਟੀਨ ਹੈ ਅੱਜ ਕੱਲ੍ਹ ਦਾ, ਕੋਈ ਆਪਣਾ ਧਿਆਨ ਨਹੀਂ ਰੱਖ ਪਾਉਂਦਾ ਜਾਂ ਫਿਰ ਕਹਿ ਦਿਉ ਕਿ ਆਲਸ ਵੀ ਬਹੁਤ ਆ ਜਾਂਦਾ ਆਪਣੀ ਬਿਜ਼ੀ ਲਾਈਫ ਰੂਟੀਨ ਦੇ ਵਿੱਚ। ਖਾਣ ਪੀਣ ਨੂੰ ਲੈ ਕੇ ਕੀ ਤੁਸੀਂ ਇਹਤਿਆਤ ਜਿਹੜੇ ਸਾਨੂੰ ਵਰਤਣੇ ਚਾਹੀਦੇ ਨੇ ਉਸ ਬਾਰੇ ਜਾਣਕਾਰੀ ਜ਼ਰੂਰ ਦਿਓ ਤਾਂ ਕਿ ਬਾਕੀ ਕਾਲਰਸ ਨੂੰ ਵੀ ਇਹ ਪਤਾ ਲੱਗ ਸਕੇ ਕਿ ਉਹਨਾਂ ਨੇ ਇਸ ਮੌਸਮ ਵਿੱਚ ਕੀ ਖਾਣਾ ਕੀ ਨਹੀਂ ਖਾਣਾ। ਇਸ ਮੌਸਮ ਦਾ ਇੱਕ ਖਾਸੀਅਤ ਇਹ ਹੈਗੀ ਹੈ ਕਿ ਜਿਹੜੀ ਵੀ ਭਾਰੀ ਚੀਜ਼ਾਂ ਅਸੀਂ ਖਾਵਾਂਗੇ ਉਹਦਾ ਪਾਚਨ ਜਿਹੜੀ ਹੈਗੀ ਹੈ ਉਹਦੇ ਵਿੱਚ ਸਾਨੂੰ ਤਕਲੀਫ ਆਏਗੀ। ਸੋ ਲਾਈਟ ਖਾਣਾ ਖਾਣਾ ਬਹੁਤ ਜ਼ਰੂਰੀ ਹੈ ਇਹ ਬਰਸਾਤਾਂ ਦੇ ਮੌਸਮ 'ਚ, ਤਾਂ ਕਿ ਜਿਹਦੇ ਵਿੱਚ ਅਸੀਂ ਸਾਨੂੰ ਡਾਇਜੈਸਟ ਬੜੀ ਛੇਤੀ ਹੋ ਸਕੇ। ਸੋ ਪਿੰਡੀਆਂ ਵੈਸੇ ਵੀ ਥੋੜ੍ਹੀ ਜਿਹੀ ਸਖਤ ਹੁੰਦੀਆਂ ਨੇ, ਉਹਦੇ ਕਰਕੇ ਵੀ ਇਹ ਇਹਨਾਂ ਨੂੰ ਇਹ ਕਾਰਨ ਹੋ ਜਿਹੜਾ ਹੈਗਾ ਇਹ ਜਿਵੇਂ ਡਾਇਰੀਆ ਜਿਹੜਾ ਗਲਾ ਖਰਾਬ ਵਗੈਰਾ ਹੋ ਗਿਆ। ਤੋ ਇਹ ਮੈਂ ਇਸ ਉਮਰ 'ਚ ਇਸ ਜਿਹੜੇ ਮੌਸਮ ਵਿੱਚ ਬੇਸਿਕਲੀ ਤਾਜ਼ੀ ਜਿਹੜੀ ਸਬਜ਼ੀ, ਤਾਜ਼ੇ ਫਲ ਔਰ ਚੰਗੀ ਤਰ੍ਹਾਂ ਧੋ ਕੇ ਉਹਨਾਂ ਨੂੰ ਸਾਫ਼ ਪਾਣੀ ਵਿੱਚ, ਚਲਦੇ ਪਾਣੀ ਵਿੱਚ 1 ਜਾਂ 2 ਮਿੰਟ ਧੋ ਕੇ ਉਸ ਤੋਂ ਬਾਅਦ ਹੀ ਉਹਨਾਂ ਦਾ ਸੇਵਨ ਕਰਨਾ ਚਾਹੀਦਾ। ਫਰੂਟ ਜਿਹੜੇ ਹੈਗੇ ਨੇ ਕੱਟੇ ਹੋਏ ਨਹੀਂ ਖਾਣੇ ਚਾਹੀਦੇ, ਰੇੜੀਆਂ ਤੋਂ ਨਹੀਂ ਖਾਣੇ ਚਾਹੀਦੇ। ਜਿਹੜੇ ਫਰੂਟ ਜਿਨ੍ਹਾਂ 'ਤੇ ਉਹਦਾ ਛਿਲਕਾ ਹੈਗਾ ਉਹ ਛਿਲਕਾ ਨੂੰ ਪਹਿਲੇ ਚੰਗੀ ਤਰ੍ਹਾਂ ਉਹਨਾਂ ਨੂੰ ਪਾਣੀ ਵਿੱਚ ਸਾਫ਼ ਕਰਨ, ਉਹਨਾਂ ਨੂੰ ਸਾਹਮਣੇ ਕੱਟਣ ਅਤੇ ਉਸ ਤੋਂ ਬਾਅਦ ਉਸ ਉਹਨਾਂ ਨੂੰ ਖਾਣ। ਸੋ ਇਹ ਜਿਹੜੀਆਂ ਅੱਜ ਕੱਲ੍ਹ ਤੁਸੀਂ ਵੈਸੇ ਵੀ ਦੇਖਦੇ ਹੋ ਕਿ ਕੁਦਰਤੀ ਤੌਰ 'ਤੇ ਜਿਹੜੀ ਹੈਗੀ ਹੈ, ਕੁਦਰਤ ਨੇ ਇਹੋ ਜਿਹਾ ਬਣਾਇਆ ਹੋਇਆ ਅਸੂਲ ਕਿ ਇਹਨਾਂ ਦਿਨਾਂ 'ਚ ਤੁਹਾਨੂੰ ਸਬਜ਼ੀਆਂ ਇਹੋ ਜਿਹੀ ਮਿਲਦੀਆਂ ਜਿਹਦੇ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਔਰ ਉਹਦੇ ਡਾਇਜੈਸਟ ਕਰਨਾ ਉਹਨਾਂ 'ਚ ਬੜਾ ਸੌਖਾ ਹੁੰਦਾ, ਜਿਵੇਂ ਤੋਰੀ ਹੈ, ਘੀਆ ਹੈ, ਇਹ ਚੀਜ਼ਾਂ ਜਿਹੜੀ ਹੈ ਉਹ ਇਸ ਮੌਸਮ 'ਚ ਪਾਈ ਜਾਂਦੀ ਹੈ। ਗੋਭੀ ਹੈ, ਸਾਗ ਹੈ, ਤੁਸੀਂ ਭਿੰਡੀਆਂ ਲੈ ਲਓ, ਇਹ ਸਾਰੀਆਂ ਜਿਹੜੀਆਂ ਹੈਗੀਆਂ ਇਸ ਮੌਸਮ ਦੀ ਸਬਜ਼ੀਆਂ ਨਹੀਂ ਹੈ, ਇਹ ਕੁਦਰਤੀ ਤੌਰ 'ਤੇ ਇਹ ਇਸ ਤਰ੍ਹਾਂ ਦਾ ਕਾਨੂੰਨ ਬਣਿਆ ਹੋਇਆ ਹੈ ਕਿ ਇਸ ਮੌਸਮ 'ਚ ਹਲਕੀਆਂ ਸਬਜ਼ੀਆਂ ਜਿਹੜੀਆਂ ਹੈ ਉਹ ਪੈਦਾ ਹੁੰਦੀਆਂ ਔਰ ਹਲਕੀਆਂ ਹੀ ਸਬਜ਼ੀਆਂ ਸਾਨੂੰ ਖਾਣੀ ਚਾਹੀਦੀਆਂ। ਜੀ ਡਾਕਟਰ ਬੇਦੀ, ਸਾਡੇ ਅਗਲੇ ਕਾਲਰ ਦੇ ਵੱਲ ਵਧਾਂਗੇ, ਉਹਨਾਂ ਦਾ ਵੀ ਸਵਾਲ ਜਾਣ ਲੈਂਦੇ ਹਾਂ। ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਹੈਲੋ ਮੈਮ। ਹਾਂਜੀ, ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰ ਰਹੇ ਹੋ? ਮੋਹਾਲੀ ਤੋਂ ਗੱਲ ਕਰ ਰਹੀ ਹਾਂ ਜੀ, ਮੇਰਾ ਨਾਮ ਪਿੰਕੀ ਵਰਮਾ ਹੈ ਜੀ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਮ ਮੇਰੇ ਨਾ ਪੇਟ 'ਚ ਇਨਫੈਕਸ਼ਨ ਰਹਿੰਦੀ ਹੈ ਬਹੁਤ, ਅਤੇ ਮੈਨੂੰ ਨਾ ਜਿਵੇਂ ਲੂਜ ਮੋਸ਼ਨ ਲੱਗ ਜਾਂਦੇ ਅਤੇ ਉਹਦੇ ਮਿਊਕਸ ਬਹੁਤ ਆਉਂਦਾ, ਸਰ ਨੂੰ ਉਹ ਪੁੱਛਣਾ ਚਾਹੁੰਦੀ ਜੀ। ਦੇਖੋ ਜਿਹੜਾ ਇਹ ਸਟਮਕ ਫਲੂ ਦੀ ਗੱਲ ਕਰਦੇ ਉਹਦੇ ਵਿੱਚ ਜਨਰਲੀ ਮਿਊਕਸ ਬਹੁਤ ਜ਼ਿਆਦਾ ਨਹੀਂ ਆਉਂਦਾ,
ਸੋ ਜੇ ਤੁਹਾਨੂੰ ਇਹ ਜਿਹੜੇ ਲੂਜ਼ ਮੋਸ਼ਨ ਹੈਗੇ ਨੇ ਮਿਊਕਸ ਦੇ ਨਾਲ ਆ ਰਹੇ ਜਾਂ ਬਲੱਡ ਦੇ ਨਾਲ ਆ ਰਹੇ ਨੇ, ਇਹਦੇ ਵਿੱਚ ਮੈਂ ਇਹ ਸਲਾਹ ਦਊਂਗਾ ਕਿ ਤੁਸੀਂ ਡਾਕਟਰ ਕੋਲ ਜਾਓ ਔਰ ਦੇਖੋ ਕਿ ਹੋ ਸਕਦਾ ਉਹ ਐਮੀਬਾਇਸਿਸ ਹੋਏ ਜਾਂ ਕੋਈ ਹੋਰ ਇਨਫੈਕਸ਼ਨ ਹੋਏ ਜਿਹਦੇ ਕਾਰਨ ਕਿ ਇਹ ਤੁਹਾਨੂੰ ਬਾਰ ਬਾਰ ਲੂਜ਼ ਮੋਸ਼ਨ ਲੱਗ ਵੀ ਰਹੇ ਨੇ ਔਰ ਉਹਦੇ ਵਿੱਚ ਮਿਊਕਸ ਵੀ ਆ ਰਿਹਾ ਔਰ ਤਾਂ ਕਿ ਇਹ ਤੁਸੀਂ ਇਹਦੇ ਤੋਂ ਨਿਜਾਤ ਪਾ ਸਕੋ ਜੀ। ਸੋ ਡਾਕਟਰ ਬੇਦੀ ਸਾਡੇ ਕੋਲ ਬਹੁਤ ਸਾਰਾ ਅੱਜ ਦਾ ਜਿਹੜਾ ਇਹ ਟੋਪਿਕ ਰਿਹਾ ਹੈ ਇਸ ਸੰਬੰਧੀ ਤੁਸੀਂ ਬਹੁਤ ਸਹੀ ਜਾਣਕਾਰੀ ਦਿੱਤੀ ਹੈ। ਅਸੀਂ ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਜ਼ਰੂਰ ਜਿਹੜੀ ਹੈ ਉਹਨਾਂ ਦੇ ਡਾਊਟਸ ਕਲੀਅਰ ਹੋਏ ਹੋਣਗੇ ਕਿ ਬਦਲਦੇ ਮੌਸਮ ਦੇ ਵਿੱਚ ਉਹਨਾਂ ਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਡਾਕਟਰ ਬੇਦੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਲਈ, ਸਾਡੇ ਦਰਸ਼ਕਾਂ ਦੇ ਲਈ ਤੁਸੀਂ ਆਪਣਾ ਸਮਾਂ ਕੱਢਿਆ ਸਾਡੇ ਨਾਲ ਗੱਲਬਾਤ ਕੀਤੀ ਹੈ। ਸੋ ਅੱਜ ਅਸੀਂ ਉਮੀਦ ਇਹੀ ਕਰਦੇ ਹਾਂ ਕਿ ਜਿੰਨੇ ਸਾਡੇ ਕਾਲਰਸ ਜਿੰਨੇ ਸਾਡੇ ਦਰਸ਼ਕ ਸਾਨੂੰ ਸੁਣ ਰਹੇ ਸੀ, ਸੋ ਅੱਜ ਦੇ ਇਸ ਟੋਪਿਕ ਦੇ ਬਾਰੇ ਅਸੀਂ ਗੱਲਬਾਤ ਕੀਤੀ ਹੈ ਕਿਉਂਕਿ ਬਦਲਦਾ ਮੌਸਮ ਹੈ, ਮੌਸਮ ਬਦਲ ਰਿਹਾ ਹੈ, ਬੱਚਿਆਂ ਤੋਂ ਲੈ ਕੇ ਨੌਜਵਾਨਾਂ ਅਤੇ ਬਜ਼ੁਰਗਾਂ ਤੱਕ ਪੇਟ ਇਨਫੈਕਸ਼ਨਸ ਕਾਫੀ ਜ਼ਿਆਦਾ ਵੱਧ ਰਹੀਆਂ ਨੇ। ਬਹੁਤ ਸਾਰੇ ਜਿਹੜੇ ਹੈ ਲੋਕਾਂ ਦੇ ਵੱਲੋਂ ਇਹ ਸਵਾਲ ਪੁੱਛੇ ਜਾ ਰਹੇ ਸੀ ਕਿ ਪੇਟ ਦੇ ਦਰਦ ਤੋਂ ਸਮੱਸਿਆ ਤੋਂ ਰਾਹਤ ਕਿਵੇਂ ਪਾਈ ਜਾਵੇ। ਸੋ ਡਾਕਟਰ ਬੇਦੀ ਸਾਡੇ ਨਾਲ ਜੁੜੇ ਸੀ, ਉਹਨਾਂ ਦੇ ਵੱਲੋਂ ਜੋ ਜਾਣਕਾਰੀ ਤੁਹਾਨੂੰ ਦਿੱਤੀ ਗਈ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਸਾਰੇ ਡਾਊਟਸ ਕਲੀਅਰ ਹੋਏ ਹੋਣਗੇ ਅੱਜ ਦੇ ਇਸ ਸ਼ੋਅ ਦੇ ਵਿੱਚ। ਹੁਣ ਤੱਕ ਖਾਸ ਇੰਨਾ ਹੀ, ਅਤੇ ਰੋਜ਼ ਤੁਸੀਂ ਸਾਡੇ ਨਾਲ ਜ਼ਰੂਰ ਜੁੜਿਆ ਕਰੋ, ਸੰਜੀਵਨੀ ਸ਼ੋਅ ਲੈ ਕੇ ਅਸੀਂ ਰੋਜ਼ ਹਾਜ਼ਰ ਹੁੰਦੇ ਹਾਂ। ਅੱਜ ਦੇ ਇਸ ਸ਼ੋਅ ਦੇ ਵਿੱਚ ਇੰਨਾ ਹੀ, ਅਤੇ ਲਗਾਤਾਰ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ।